ਸੁਹੰਜਣੇ ਦੀ ਖੇਤੀ ਜਾਂ ਮੁਰਿੰਗੇ ਦੀ ਖੇਤੀ ਦੇ ਵਿੱਚ ਆਓ, 22.5 ਲੱਖ ਦੇ ਪੱਤੇ ਹੀ ਤੁਸੀਂ ਵੇਚ ਸਕਦੇ ਹੋ। ਚਾਈਨਾ ਨੇ ਹੀ $3 ਬਿਲੀਅਨ ਦਾ ਜਿਹੜਾ ਸੁਹੰਜਣੇ ਦਾ ਪੱਤਾ ਉਹ ਇੰਡੀਆ ਤੋਂ ਖਰੀਦਿਆ। ਜਿਹੜਾ ਪ੍ਰੋਡਕਟ ਇੱਕ ਪ੍ਰਮੋਟ ਕਰਨ ਲਈ ਮੈਂ ਇੱਥੇ ਆਇਆ ਉਹ ਹੈਗਾ ਮੁਰਿੰਗਾ। ਪੰਜਾਬ ਦਾ ਉਹ ਇੱਕ ਕਹਿ ਲਓ ਟ੍ਰੈਡੀਸ਼ਨਲ ਟ੍ਰੀ ਆ, ਪਰ ਬਹੁਤ ਘੱਟ ਲੋਕਾਂ ਨੂੰ ਉਹਦੇ ਬਾਰੇ ਪਤਾ। ਪਿਛਲੇ 2-3 ਸਾਲਾਂ ਤੋਂ ਮੁਰਿੰਗਾ 'ਤੇ ਬਹੁਤ ਜਾਣਕਾਰੀ ਨੈੱਟ ਦੇ ਥਰੂ ਜਾਂ ਸੋਸ਼ਲ ਮੀਡੀਆ ਦੇ ਥਰੂ ਮਿਲ ਰਹੀ ਆ, ਪਰ ਹਾਲੇ ਵੀ ਲੋਕ ਇਸ ਤੋਂ ਬਹੁਤ ਜ਼ਿਆਦਾ ਲੋਕ ਅਵੇਅਰ ਨਹੀਂ ਹੈਗੇ। ਇਹਨੂੰ ਪੰਜਾਬੀ ਦੇ ਵਿੱਚ ਸੁਹੰਜਣਾ ਕਹਿੰਦੇ ਆ। ਆਮ ਸਾਡੀਆਂ ਲੈ ਲਓ ਪਿੰਡਾਂ ਦੀਆਂ ਫਿਰਨੀਆਂ ਅਤੇ ਸ਼ਹਿਰਾਂ ਦੇ ਵਿੱਚ ਇਹ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਪਾਇਆ ਜਾਂਦਾ। ਅਤੇ ਇੱਕ ਗੁਰੂ ਨਾਨਕ ਦੇਵ ਜੀ ਦਾ ਜੋ 550 ਸਾਲਾ ਗੁਰਪੁਰਬ ਆ ਰਿਹਾ, ਅਤੇ ਉਹਦੇ ਵਿੱਚ ਇੱਕ ਪਲਾਂਟਸ ਲਾਉਣ ਦੀ ਜਾਂ ਦਰੱਖਤ ਲਾਉਣ ਦੀ ਇੱਕ ਡਰਾਈਵ ਚੱਲ ਰਹੀ ਆ, ਅਤੇ ਉਹਦੇ ਵਿੱਚ ਵੀ ਮੈਂ ਕਿਸਾਨਾਂ ਨੂੰ ਬੇਨਤੀ ਕਰਦਾ ਜਾਂ ਪਿੰਡਾਂ ਵਾਲੇ ਜੋ ਵੀ ਇਸ ਪਲਾਂਟੇਸ਼ਨ ਡਰਾਈਵ 'ਚ ਲੱਗੇ ਹੋਏ ਨੇ ਵੀ ਵੱਧ ਤੋਂ ਵੱਧ ਜੇ ਤੁਸੀਂ ਕੋਈ ਬੂਟਾ ਲਾਉਣਾ ਤਾਂ ਮੁਰਿੰਗਾ ਲਾਓ, ਸੁਹੰਜਣਾ ਲਾਓ। ਕਿ ਇਹਨੂੰ ਦੁਨੀਆ ਦਾ ਸਭ ਤੋਂ ਪੌਸ਼ਟਿਕ ਜਿਹੜਾ ਬੂਟਾ ਮੰਨਿਆ ਜਾਂਦਾ, ਜਿਹਨੂੰ ਕਹਿੰਦੇ ਮੋਸਟ ਨਿਊਟ੍ਰੀਸ਼ੀਅਸ ਟ੍ਰੀ ਆਫ ਦਾ ਵਰਲਡ। ਇਹਦੇ ਵਿੱਚ ਜਿਹੜੀ ਪ੍ਰੋਟੀਨ ਆ, ਜਿਵੇਂ ਸੋਇਆਬੀਨ ਨੂੰ ਸਭ ਤੋਂ ਵੱਧ ਪ੍ਰੋਟੀਨ ਮੰਨੀ ਜਾਂਦੀ ਆ, ਸੋਇਆਬੀਨ ਦੇ ਨਾਲੋਂ ਇਸ ਦੇ ਵਿੱਚ 4 ਜਾਂ 5 ਗੁਣਾ ਵੱਧ ਪ੍ਰੋਟੀਨ ਆ। ਇਹਦੇ ਵਿੱਚ ਦੁੱਧ ਨਾਲੋਂ 20 ਗੁਣਾ ਵੱਧ ਕੈਲਸ਼ੀਅਮ ਆ, ਔਲੇ ਦੇ ਨਾਲੋਂ 20 ਗੁਣਾ ਵੱਧ ਇਹਦੇ ਵਿੱਚ ਵਿਟਾਮਿਨ ਸੀ ਆ, ਅਤੇ ਜਿਹੜੀ ਪਾਲਕ ਹੁੰਦੀ ਆ ਉਹ ਆਇਰਨ ਦਾ ਸਭ ਤੋਂ ਵਧੀਆ ਸਰੋਤ ਮੰਨਿਆ ਜਾਂਦਾ। ਇਸ ਦੇ ਵਿੱਚ ਉਸਦੇ ਨਾਲੋਂ ਵੀ 17-18 ਗੁਣਾ ਵੱਧ ਆਇਰਨ ਆ ਇਹਦੇ ਵਿੱਚ, ਅਤੇ ਇਹ ਉਹਦੇ ਫਾਇਦੇ ਨੇ। ਅਤੇ ਬਾਕੀ ਜਿਹੜਾ ਮੁਰਿੰਗਾ, ਇਹਦੀ ਜਿਹੜੀ ਇਕਨੋਮਿਕ ਵੈਲਿਊ ਕਹਿ ਲਓ ਵੀ ਬਹੁਤ ਜ਼ਿਆਦਾ, ਜਿਵੇਂ ਜਿੰਨੀਆਂ ਵੀ ਵੱਡੀਆਂ ਇੰਡਸਟਰੀਆਂ ਨੇ, ਚਾਹੇ ਉਹ ਬਿਊਟੀ ਇੰਡਸਟਰੀ ਆ, ਪਰਫਿਊਮ ਇੰਡਸਟਰੀ ਆ, ਪਲਪ ਅਤੇ ਪੇਪਰ ਇੰਡਸਟਰੀ ਆ, ਅਤੇ ਜਿੰਨੀ ਵੀ ਆਪਣੇ ਵੈਲਬੀਂਗ ਜਾਂ ਹੈਲਥ ਇੰਡਸਟਰੀ ਆ, ਉਹਦੇ ਵਿੱਚ ਬਹੁਤ ਜ਼ਿਆਦਾ ਵਰਤਿਆ ਜਾਂਦਾ। ਅਤੇ ਇਹਦੇ ਵਿੱਚ ਐਂਟੀ ਏਜਿੰਗ ਪ੍ਰੋਪਰਟੀਜ਼ ਇੰਨਾ ਜ਼ਿਆਦਾ ਨੇ ਕਿ ਜਿੰਨੇ ਵੀ ਯੂਰੋਪੀਅਨ ਨੇਸ਼ਨ ਨੇ ਜਾਂ ਨੌਰਥ ਅਮੈਰੀਕਨ ਕੰਟਰੀਜ਼ ਨੇ, ਉਹਨਾਂ ਦੇ ਵਿੱਚ ਤੁਸੀਂ ਇਮੈਜਿਨ ਨਹੀਂ ਕਰ ਸਕਦੇ ਵੀ ਕਿੰਨੇ ਮਹਿੰਗੇ ਭਾਅ 'ਤੇ ਇਹਦੇ ਪ੍ਰੋਡਕਟ ਵਿਕਦੇ ਆ। ਪਰ ਸਾਡੀ ਇਹ ਇੱਕ ਖੁਸ਼ਕਿਸਮਤੀ ਆ ਕਿ ਇਹ ਪੰਜਾਬ ਦਾ ਬੂਟਾ, ਅਤੇ ਪੰਜਾਬ ਦੇ ਵਿੱਚ ਇਹ ਆਮ ਪਾਇਆ ਜਾਂਦਾ, ਪਰ ਜਿਹੜੀਆਂ ਆਮ ਵਰਾਇਟੀਜ਼ ਮਿਲਦੀਆਂ ਨੇ ਉਹ ਸਭ ਜੰਗਲੀ ਵਰਾਇਟੀਜ਼ ਨੇ। ਅਤੇ ਉਹਨਾਂ ਦੇ ਫਰਕ ਕੀ ਆ ਵੀ ਅਸੀਂ ਜਿਹੜੀ ਵਰਾਇਟੀ ਪ੍ਰਮੋਟ ਕਰ ਰਹੇ ਹਾਂ ਉਹ ਟਿਸ਼ੂ ਕਲਚਰ ਵਰਾਇਟੀ ਆ, ਉਹਨਾਂ ਦੇ ਵਿੱਚ ਜਿਹੜਾ ਉਹਦਾ ਸਵਾਦ ਆ ਪੱਤੇ ਦਾ ਉਹ ਥੋੜ੍ਹਾ ਕੌੜਾ ਹੁੰਦਾ, ਅਤੇ ਜੋ ਟਿਸ਼ੂ ਕਲਚਰ ਵਰਾਇਟੀਜ਼ ਨੇ ਜਿਹੜੀਆਂ PKM1 ਜਾਂ PKM2 ਨੇ, ਇਹਨਾਂ ਦੇ ਵਿੱਚ ਪੱਤੇ ਵੀ ਥੋੜ੍ਹੇ ਵੱਡੇ ਨੇ, ਇਹਦਾ ਬੀਜ ਵੀ ਥੋੜ੍ਹਾ ਵੱਡਾ, ਜੋ ਇਹਨੂੰ ਫਲ ਲੱਗਦਾ ਫਲੀ ਉਹ ਵੀ ਥੋੜ੍ਹੀ ਵੱਡੀ ਹੁੰਦੀ ਆ। ਅਤੇ ਕਿਸਾਨਾਂ ਨੂੰ ਇਹਦੇ 'ਚ ਮੈਂ ਬੇਨਤੀ ਕਰਦਾ ਵੀ ਜੇ ਤੁਸੀਂ ਇਹਦੀ ਖੇਤੀ ਦੇ ਵਿੱਚ ਆਉਂਦੇ ਹੋ ਅਤੇ ਅਸੀਂ ਮੋਟਾ ਮੋਟਾ ਜਿਹਾ ਹਿਸਾਬ ਲਾ ਕੇ ਦੇਖਦੇ ਹਾਂ ਤਾਂ ਇਹਦਾ ਜਿਹੜਾ ਪਾਣੀ ਦਿਸ ਦਿਨ ਬਿਲਕੁਲ ਜ਼ਰੂਰਤ ਨਹੀਂ ਹੈਗੀ, ਅਤੇ ਮਾੜੀ ਤੋਂ ਮਾੜੀ ਜ਼ਮੀਨ ਦੇ ਵਿੱਚ ਇਹ ਹੋ ਜਾਂਦਾ। ਅਤੇ 2000 ਬੂਟਾ ਤਕਰੀਬਨ 1 ਏਕੜ ਦੇ ਵਿੱਚ ਲੱਗਦਾ, ਅਤੇ ਤਕਰੀਬਨ ਸਾਲ ਦੇ ਵਿੱਚ ਇੱਕ ਬੂਟਾ ਜਿਹੜਾ ਹੈਗਾ ਇਹ 24 ਫੁੱਟ ਤੱਕ ਚਲੇ ਜਾਂਦਾ। ਅਤੇ ਇਹਨੂੰ ਜਦ ਅਸੀਂ ਇਹਦੀ ਇਕਨੋਮਿਕ ਵੈਲਿਊ ਦੇਖਦੇ ਹਾਂ ਵੀ ਜੇ ਇੱਕ ਬੂਟਾ ਸਾਨੂੰ ਇੱਕ ਵਾਰ ਦੇ ਵਿੱਚ ਤਕਰੀਬਨ ਮੰਨ ਕੇ ਚੱਲੋ ਵੀ 15 ਕਿਲੋ ਪੱਤੇ ਵੀ ਦਿੰਦਾ, ਅਤੇ ਉਹਦਾ ਰੇਟ ਤਾਂ ਚਲੋ ਇੰਟਰਨੈਸ਼ਨਲ ਮਾਰਕੀਟ 'ਚ ਬਹੁਤ ਜ਼ਿਆਦਾ, ਜੇ 15 ਰੁਪਏ ਵੀ ਤੁਸੀਂ ਉਹਨੂੰ ਵੇਚਦੇ ਹੋ ਤਾਂ ਕੁੱਲ ਮਿਲਾ ਕੇ 4 ਵਾਰ ਇਹਦੇ ਪੱਤੇ ਟੁੱਟਦੇ ਆ, 3 ਮਹੀਨੇ ਬਾਅਦ ਇਹਦੇ ਪੱਤੇ ਟੁੱਟ ਜਾਂਦੇ ਨੇ, ਅਤੇ ਫਿਰ ਅਸੀਂ ਉਹਨੂੰ ਤੁਸੀਂ ਗਿੱਲੇ ਹੀ ਵੇਚ ਸਕਦੇ ਹੋ। ਤਾਂ ਤਕਰੀਬਨ ਲਾ ਕੇ ਜਿਹੜਾ ਹਿਸਾਬ ਸੀਗਾ ਵੀ ਇਹ 22.5 ਲੱਖ ਦੇ ਪੱਤੇ ਹੀ ਤੁਸੀਂ ਵੇਚ ਸਕਦੇ ਹੋ। ਉਸ ਤੋਂ ਬਾਅਦ ਜਿਹੜਾ ਤੁਹਾਨੂੰ ਬਾਲਣ ਬਚਿਆ ਜਾਂ ਹੋਰ ਦੇ ਬੀਜ ਬਚੇ ਜਾਂ ਹੋਰ ਜੋ ਇਹਦੀ ਲੱਕੜ ਬਚੀ ਉਹ ਵੱਖਰੀ ਚੀਜ਼ ਆ। ਅਤੇ ਇਸ ਕਰਕੇ ਮੇਰੀ ਸਰਕਾਰ ਨੂੰ ਵੀ ਬੇਨਤੀ ਆ ਅਤੇ ਕਿਸਾਨਾਂ ਨੂੰ ਵੀ ਬੇਨਤੀ ਆ ਕਿ ਤੁਸੀਂ ਸੁਹੰਜਣੇ ਦੀ ਖੇਤੀ ਜਾਂ ਮੁਰਿੰਗੇ ਦੀ ਖੇਤੀ ਦੇ ਵਿੱਚ ਆਓ, ਅਤੇ ਇਹਨੂੰ ਇੱਕ ਵਾਰ ਲਾਉਣ ਦੀ ਹੀ ਲੋੜ ਆ, ਮੁੜ ਕੇ ਇਹਦੀ ਕੋਈ ਐਡੀ ਦੇਖਭਾਲ ਦੀ ਲੋੜ ਨਹੀਂ ਹੈਗੀ, ਬਸ ਤੁਸੀਂ 3 ਮਹੀਨੇ ਬਾਅਦ ਪੱਤੇ ਹੀ ਤੋੜ ਲੈਣੇ ਨੇ। ਅਤੇ ਦੂਸਰੀ ਚੀਜ਼ ਆ ਵੀ ਜਾਂ ਜਿੱਥੇ ਕਦੇ ਵੀ ਅਸੀਂ ਨੂੰ ਪ੍ਰਮੋਟ ਕਰਨ ਜਾਂਦੇ ਹਾਂ ਸਾਨੂੰ ਸਵਾਲ ਇਹ ਹੁੰਦਾ ਵੀ ਅਸੀਂ ਲਾ ਤਾਂ ਲਵਾਂਗੇ, ਵੀ ਸਭ ਤੋਂ ਵੱਡਾ ਜਿਹੜੀ ਪ੍ਰੋਬਲਮ ਆਉਂਦੀ ਆ ਉਹ ਮੰਡੀਕਰਨ ਦੀ ਆ, ਇਹਦੀ ਮੰਡੀਕਰਨ ਕੀ ਹੋਊਗਾ। ਮੰਡੀਕਰਨ ਇਹ ਆ ਵੀ ਜਿੰਨੀਆਂ ਵੀ ਆ ਬੜੀਆਂ ਕੰਪਨੀਆਂ ਨੇ ਜਿਵੇਂ ਪਤੰਜਲੀ ਆ, ਡਾਵਰ ਆ, ਹਮਦਰਦ ਆ, ਉਹ ਤਾਂ ਆਲਰੇਡੀ ਲੈ ਹੀ ਰਹੇ ਨੇ। ਬਾਕੀ ਪਿਛਲੇ ਸਾਲ ਹੀ ਤਕਰੀਬਨ ਜਿਹੜਾ 2018 ਜਾਂ 2019 ਦਾ ਸਾਲ ਸੀ ਉਹਦੇ ਵਿੱਚ ਇਕੱਲਾ
ਇੰਡੀਆ ਦੇ ਵਿੱਚੋਂ ਜਿੰਨੀਆਂ ਤਕਰੀਬਨ ਦੇਖੋ PKM ਦੀ ਜਿਹੜੀ ਖੇਤੀ ਆ ਉਹ ਬੜੀ ਸਿਰਫ 2% ਆ ਕੁੱਲ ਦੁਨੀਆ ਦੇ ਵਿੱਚ ਅੱਜ ਤੱਕ, ਅਤੇ ਜ਼ਿਆਦਾ ਵਾਈਲਡ ਵਰਾਇਟੀਜ਼ ਦੇ ਪੱਤੇ ਤੋੜ ਕੇ ਹੀ ਲੋਕ ਉਹਦਾ ਬਿਜ਼ਨਸ ਕਰਦੇ ਆ, ਅਤੇ ਇਕੱਲੇ ਚਾਈਨਾ ਨੇ ਹੀ $3 billion ਦਾ ਜਿਹੜਾ ਸੁਹੰਜਣੇ ਦਾ ਪੱਤਾ ਉਹ ਇੰਡੀਆ ਤੋਂ ਖਰੀਦਿਆ, ਅਤੇ US ਦੇ ਵਿੱਚ ਜਿਹੜੀ ਹੈਲਥ ਐਂਡ ਵੈਲਬੀਇੰਗ ਦੀ ਏਜੰਸੀ ਆ ਉਹਦੇ ਵਿੱਚ ਅੱਜ ਮੁਰਿੰਗੇ ਦਾ ਸ਼ੇਅਰ 45% ਆ। ਅਤੇ ਜੇ ਕਿਸਾਨਾਂ ਨੂੰ ਅੱਜ ਤੁਸੀਂ ਜਿਵੇਂ ਕਰਜ਼ੇ ਦੇ ਦੱਬੇ ਪਏ ਨੇ ਜਾਂ ਹੋਰਾਂ ਨੂੰ ਪ੍ਰੋਬਲਮ ਆ ਰਹੀਆਂ ਨੇ ਅਤੇ ਉਹਨਾਂ ਨੂੰ ਕੋਈ ਹੋਰ ਫਸਲ ਨਹੀਂ ਮਿਲ ਰਹੀ ਖੇਤੀ ਵਿਭਿੰਨਤਾ 'ਚੋਂ ਨਿਕਲਣ ਦੇ ਲਈ, ਤਾਂ ਮੈਂ ਉਹਨਾਂ ਨੂੰ ਇਹੀ ਅਪੀਲ ਕਰਦਾ ਵੀ ਉਹ ਵੱਧ ਤੋਂ ਵੱਧ ਜਿਹੜੇ ਮੁਰਿੰਗੇ ਦੀ ਖੇਤੀ ਦੇ ਨਾਲ ਜੁੜੋ। ਜੇ ਕਿਸੇ ਨੂੰ ਕੋਈ ਜਾਣਕਾਰੀ ਚਾਹੀਦੀ ਹੈ ਇਹਦੇ ਬਾਰੇ ਅਤੇ ਖੇਤੀ ਕਿਵੇਂ ਕਰਨੀ, ਅਸੀਂ ਖੁਦ ਆ ਕੇ ਤੁਹਾਡੀ ਇਹ ਪਲਾਂਟੇਸ਼ਨ ਕਰਾ ਦਾਂਗੇ। ਤੁਸੀਂ ਮੇਰਾ ਨੰਬਰ ਨੋਟ ਕਰ ਸਕਦੇ ਹੋ, 99156531419। ਮੈਂ ਨੰਬਰ ਇੱਕ ਵਾਰ ਫਿਰ ਰਿਪੀਟ ਕਰ ਦਿੰਦਾ, 99156531419। ਮੇਰਾ ਜਿਹੜਾ ਫੀਲਡ ਆ, ਮੈਂ ਇੱਕ ਨਿਊਟ੍ਰੀਸ਼ਨਿਸਟ ਹਾਂ ਅਤੇ ਮੈਂ ਖੁਦ ਇਹਦੇ ਟਰਾਇਲ ਕਰਕੇ ਦੇਖੇ ਨੇ, ਅਤੇ ਜੇ ਤੁਸੀਂ ਇਹਨੂੰ ਪਸ਼ੂਆਂ ਦੇ ਵਿੱਚ ਵੀ ਇਹਦੇ ਟਰਾਇਲ ਕਰਦੇ ਹੋ ਕਿ ਜੇ ਤੁਸੀਂ 2 kg 100 kg ਦੇ ਮਗਰ ਇਹਦਾ ਪਾਊਡਰ ਪਸ਼ੂ ਖੁਰਾਕ ਦੇ ਵਿੱਚ ਵੀ ਵਰਤ ਲੈਂਦੇ ਹੋ, ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਖਾਲ ਪਾਉਣ ਦੀ ਜ਼ਰੂਰਤ ਨਹੀਂ, ਕਿਸੇ ਕਿਸਮ ਦਾ ਹੋਰ ਕੋਈ ਜਿਹੜੇ ਆਪਾਂ ਤੇਲ ਬੀਜ ਜਿਵੇਂ ਬੜੇਵੇਂ ਨੇ ਸਰ੍ਹੋਂ ਪਾਉਂਦੇ ਹਾਂ, ਕਿਸੇ ਕਿਸਮ ਦੀ ਕੋਈ ਲੋੜ ਨਹੀਂ। ਜਸ ਮੱਕੀ ਪਾਓ, DOC ਪਾਓ ਅਤੇ ਇਕੱਲਾ ਮੁਰਿੰਗੇ ਦਾ 2 kg ਪਾਊਡਰ ਪਾਓ, ਤੁਹਾਡੀ ਪ੍ਰੋਟੀਨ ਦੀ ਸਾਰੀ ਜ਼ਰੂਰਤ ਪੂ ਹੋਗੀ, ਪਲੱਸ ਜਿਹੜਾ ਤੁਸੀਂ ਧਾਤਾਂ ਦਾ ਚੂਰਾ ਜਾਂ ਮਿਨਰਲ ਮਿਕਸਚਰ ਵੀ ਆਪਣੇ ਪਸ਼ੂਆਂ ਨੂੰ ਪਾਉਂਦੇ ਹੋ, ਤੁਹਾਡਾ ਉਸਦੀ ਵੀ ਕੋਈ ਲੋੜ ਨਹੀਂ, ਕਿਉਂਕਿ ਜੇ ਉਹਦੀ ਐਵਰੇਜ ਕੀਮਤ ਆਪਾਂ ਦੇਖੀਏ ਤਾਂ 100 rupees ਬਣਦੀ ਆ, 100 rupees ਦਾ ਖਰਚਾ ਤੁਹਾਡਾ ਕੁਇੰਟਲ ਮਗਰ ਉਹ ਵੱਧ ਜਾਂਦਾ, ਕਿਉਂਕਿ ਜਿਵੇਂ ਪਹਿਲਾਂ ਹੀ ਦੱਸ ਚੁੱਕੇ ਹਾਂ ਵੀ ਧਾਤਾਂ ਦੇ ਵਿੱਚ ਇਹ ਇੰਨਾ ਕੁ ਜ਼ਿਆਦਾ ਅਮੀਰ ਆ ਕਿ ਤੁਹਾਨੂੰ ਅਲੱਗ ਦੇਣ ਦੀ ਜਾਂ ਕਹਿ ਲਓ ਵੀ ਆਰਟੀਫਿਸ਼ਲ ਜਿਹੜੇ ਮਿਨਰਲਸ ਨੇ ਉਹ ਦੇਣ ਦੀ ਕੋਈ ਜ਼ਰੂਰਤ ਨਹੀਂ। ਇੰਨਾ ਕਹਿੰਦਾ ਹੋਇਆ ਮੈਂ ਫਿਰ ਇੱਕ ਵਾਰ ਕਿਸਾਨਾਂ ਨੂੰ ਪ੍ਰੇਰਿਤ ਕਰਦਾ ਵੀ ਵੱਧ ਤੋਂ ਵੱਧ ਇਹ ਖੇਤੀ ਬੁਲਾਓ। ਜੇ ਤੁਹਾਨੂੰ ਕਿਸੇ ਕਿਸਮ ਦੀ ਮੰਡੀਕਰਨ ਬਾਰੇ ਜਾਂ ਪਲਾਂਟੇਸ਼ਨ ਬਾਰੇ ਜਾਂ ਕਿਸੇ ਹੋਰ ਚੀਜ਼ ਬਾਰੇ ਜਾਣਕਾਰੀ ਚਾਹੀਦੀ ਹੈ ਤਾਂ ਤੁਸੀਂ ਮੇਰੇ ਨੰਬਰ 'ਤੇ ਮੈਨੂੰ ਕੰਟੈਕਟ ਕਰ ਸਕਦੇ ਹੋ।